ਦਿੱਲੀ ਸ਼ਹਿਰ ਵਿੱਚ ਜਿਹੜਾ ਕਹਿ ਰੇ ਨਾ ਹੋ ਗਿਆ ਸਿੱਖਾਂ ਨਾ ਕੀਤੀ ਪਰਵਾ ਪਰਵਾਵਾ ਜਾਵਾਲਿਆ ਨੀਲੇ ਦੇ ਸਵਾਰ ਹੋ ਕੇ ਤੇਰੀ ਪੁਲਿਸ ਕੀ ਕਰ ਲੂੰ ਸਾਨੂੰ ਡਰਾਵੇ ਦਿੰਦਾ ਅਸੀਂ ਨਹੀਂ ਡਰਦੇ ਤੇਰੇ ਕੋਲ ਹੁਣ ਇਹ ਤੇ ਛੀਦੀਆਂ ਭਾਵੇਂ ਸਾਨੂੰ ਦੇਣੀਆਂ ਪੈਣ ਕਿ ਅਸੀਂ ਤੇ ਆਪਣੇ ਖਫਣ ਵੀ ਲੈ ਕੇ ਵੀਰ ਜੀ ਆਏ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਉਹਨਾਂ ਦੇ ਨਾਲ ਸਾਨੂੰ ਛੜਕਾ ਦੇ ਉੱਤੇ ਪੈਣ ਦਾ ਸਾਨੂੰ ਸ਼ੌਂਕ ਨਹੀਂ ਆ केलन केलन नंगने भी बैन गए तो केल भी नंग जाएंगे ऐसे इस वक्त हम पंजाब के शंभू बॉर्डर पर हैं किसानों ने एक बार फिर से दिल्ली कूच की तैयारी की है हज़ारों की संख्या में ट्रैक्टर ट्रोलियाँ हैं फिलहाल पंजाब में शंभू बॉर्डर पर हैं और दिल्ली की तरफ ये लोग बढ़ रहे हैं ये दूसरी बार है एक बार दो में एक साल तीन महीने सिंगू बॉर्डर पर इन्होंने बिताए और तीन कानून वापिस लिए कृषि कानून सरकार ने लेकिन अब जो एमएसपी की कानूनन गारंटी और स्वामीनाथन कमीशन की सिफारिशों की मांग कर रहे हैं जो मुख्य मांगे किसानों की तो अब ये किसानों का लावलशकर फिर से दिल्ली बढ़ रहा है हमारे साथ कुछ महिला किसान भी हैं जो इस मोर्चे में साथ है। आप रहती हैं आई पहली हक लेना अपने टियापत छड़ के हैं ओना दी पैसे ना कशखनी बन डिया डियाड़ी डप्पा कंडे गरीब है ਅਹੀਂਾਨੂੰ ਹੱਕ ਮਿਲਣਾ ਚਾਹੀਦਾ ਹੈ ਨਾਣ ਵਾਸਤੇ ਹੀ ਇੱਥੇ ਲਾਗੇ ਜਦੋਂ ਅਸੀਂ ਜਿੱਥੇ ਸਾਡੇ ਗੱਡੀਆਂ ਖਲੋਉਂਦੀਆਂ ਸਾਡੇ ਟਰਾਲੀਆਂ ਖਲੋਉਂਦਿਆਂ ਤੇ ਲਾਗੇ ਸਾਡੇ ਘਰੋਂ ਦੇ ਘਰ ਵਾਲੇ ਬਹੁਤ ਸਾਡੀ ਮਜਦਦ ਕਰਦੇ ਆ ਉਹ ਸਾਨੂੰ ਘਰੋਂ ਪਾਣੀ ਦਿੰਦੇ ਆ ਇਸ਼ਨਾਨ ਕਰਾਇਦਾ ਵਾ ਉੱਥੇ ਸਾਬਣ ਪਾਣੀ ਸਭ ਕੋ ਕੱਪੜੇ ਸਾਡੇ ਮਸ਼ੀਨਾਂ 'ਚ ਧੋਤੋ ਦਿੰਦੇ ਆ ਬਾਕੀ ਸਾਨੂੰ ਰੋਟੀ ਪਾਣੀ ਵਧੀਆ ਦਿੰਦੇ ਆ ਤੇ ਚਾਹ ਪਾਣੀ ਵਧੀਆ ਦਿੰਦੇ ਆ ਦੁੱਧ ਵੀ ਉਹ ਦਿੰਦੇ ਆ ਅਹੀਂ ਪਿਛਲੇ ਅੱਗੇ ਵੀ ਅਸੀਂ 13 ਮਹੀਨੇ ਦਿੱਲੀ ਦੇ ਬਾਹਰ ਨੇ ਤੇ ਬੈਠੇ ਰਹੇ ਆ ਤੇ ਉਦੋਂ મોદી ਮੰਨ ਗਿਆ ਸੀ ਫੇਰ ਉਹਨੇ ਮਤਲਬ ਮੁਕਰ ਗਿਆ ਮੋਦੀ ਸਾਰੇ ਵਾਅਦੇ ਆ ਤੁਸ ਕਿਸਾਨਾਂ ਦੇ ਆ ਤੇ ਐਮ ਐਸ ਪੀ ਦੀ ਗਾਰੰਟੀ ਫੇ ਸਾਡੇ ਸਿੱਧਾ ਨੂੰ ਇਨਸਾਫ ਮਿਲੇ ਲਖੀਨਪੁਰ ਖੀਰੀ ਵਾਲੇ ਜਿਹੜੇ ਗ੍ਰਹਿ ਮੰਤਰੀ ਉਹਨਾਂ ਨੂੰ ਸਜ਼ਾਵਾਂ ਮਿਲਣ ਸਾਡੇ ਫਸਲਾਂ ਦੇ ਭਾਅ ਠੀਕ ਦਿੱਤੇ ਜਾਣ ਵਾਜਿਬ ਦਿੱਤੇ ਜਾਣ ਤੇ ਅਸੀਂ ਆਪਣੇ ਹੱਕ ਲੈ ਕੇ ਆਪਣੇ ਪੰਜਾਬ ਜਾਈਏ ਅਸੀਂ ਵੀਰ ਜੀ ਆਏ ਆ ਪੰਜਾਬ ਮੈਲਾ ਹੋਣੀ ਸਾਡੇ ਨਾਲ ਜਿਹੜੀਆਂ ਸਿਆਈਆਂ ਵਾਂ ਤੇ ਬਸ ਆ ਆਦਮੀ ਜ਼ਿਆਦਾ ਆਏ ਤੇ ਮੈਲਾਂ ਥੋੜੀਆਂ ਆਈਆਂ ਅੱਗੇ ਅਸੀਂ ਉਹਨੇ ਆਦਮੀ ਆਉਂਦੇ ਹੋਣੀਆਂ ਮੈਲਾਂ ਆਉਂਦੀਆਂ ਅਸੀਂ ਤਾਂ ਹੁਣ ਜਦਕਿ ਸਾਨੂੰ ਜੇ ਸਾਡੇ ਪੁੱਤ ਆਏ ਆ ਸਾਡੇ ਘਰ ਆਦਮੀ ਆਏ ਆ ਸਾਡੇ ਬੱਚੇ ਆਏ ਆ ਤਾਂ ਆਪਾਂ ਉਹਨਾਂ ਨਾਲ ਤੁਰਨਾ ਹੀ ਤੁਰਨਾ ਸਮਾਨ ਸਾਡੇ ਕੋਲ ਆਪਣਾ 6 ਮਹੀਨੇ ਦਾ ਰਾਸ਼ਨ ਆ ਦਾਲਾਂ ਆਲੂ ਗੰਡੇ ਮਿਰਚ ਮਸਾਲਾ ਜੋ ਵੀ ਆ ਗਾਟਾ ਹਰ ਇੱਕ ਚੀਜ਼ ਸਾਡੇ ਕੋਲ ਨਾਲ ਆ ਸਭ ਕੁਝ ਕੱਪੜੇ ਸਭ ਕੁਝ ਨਾਲ ਆ ਸਾਡੇ ਐਂ 10-10 ਸੂਟ ਲੈਂਦੇ ਨਾਲ ਕੱਪੜੇ ਵੀ ਲੈਂਦੇ ਆ ਕੰਬਲ ਵੀ ਲੈਂਦੇ ਆ ਚਾਦਰ ਵੀ ਲੈਂਦੀਆਂ ਸਭ ਕੁਝ ਸਾਡੇ ਕੋਲ ਨਾਲ ਗੈਸ ਸਿਲੰਡਰ ਸਭ ਕੁਝ ਅਸੀਂ ਨਾਲ ਲੈਂਦਾ ਹੁਣ ਹੌਲੀ ਹੌਲੀ ਤਿਆਰੀ ਕਰਕੇ ਆਵਾਂਗੇ ਨਾ ਪਿੰਡ ਪਿੰਡ ਟਰਾਲੀਆਂ ਵਾਧੂ ਤਿਆਰ ਹੋਣੀਆਂ ਉਹ ਤੇ ਇਸ਼ਾਰੇ ਕਰਨ ਦੀ ਲੋੜ ਬੀਬੀਆਂ ਆਇਣਾ ਮੇਲੇ ਭਰ ਜਾਂਦੇ ਨਾ ਇਸ ਤਰ੍ਹਾਂ ਮੇਲੇ ਭਰਨੇ ਦੇ ਵੱਡੇ ਵੱਡੇ ਬੱਚੇ ਜ਼ਖਮੀ ਹੋਏ ਉੱਥੇ ਕੱਲ ਕਿੰਨੀਆਂ ਗੋਲੀਆਂ ਮਾਰ ਲੂਗਾ ਦੋਹਾਂ ਨੂੰ ਮਾਰੂ ਚਾਰ ਜਾਣਗੇ ਕਿਉਂ ਨੂੰ ਮਾਰੂ ਅੱਠ ਜਾਵਾਂਗੇ ਨਹੀਂ ਨਾ ਹੁੰਦੇ ਤਾਂ ਜਰੂਰ ਆਹੀਂ ਆਈ ਗੁਰੂ ਦੇ ਸੇਖ ਨਾਉਂਦੇ ਜਰੂਰ ਆਹ ਨਹੀਂ ਸਾਡੇ ਵਾਧੂ ਲੋਕੀ ਆ ਉਸਰ ਪਾਣੀ ਤਾਂ ਨਹੀਂ ਲੈ ਕੇ ਭਾਵੇਂ ਚਾਰ ਜਨਨੀਆਂ ਚਾਦਰ ਦਾ ਪੱਲਾ ਕਰਕੇ ਨਹੀਂ ਆਈਏ ਕੋਈ ਬਹਿਣ ਨਹੀਂ ਦਿੰਦਾ ਨਾ ਹੁਣ ਤੁਹਾਨੂੰ ਤੋਂ ਵਗੈਰ ਸਾਰੇ ਬੰਦੇ ਵੀ ਨਾਉਂਦੇ ਆਪ ਹੀ ਨਹੀਂ ਦਿੰਦਾ ਅਸੀਂ ਬਹੁਤ ਦੁਖੀ ਹੋ ਕੇ ਪੰਜਾਬ ਤੋਂ ਅੱਗੇ ਵੀ ਆਏ ਸੀ ਤੇ ਹੁਣ ਵੀ ਅਸੀਂ ਬਹੁਤ ਦੋ ਰਾਤਾਂ ਹੀ ਰਾਹ ਦੇ ਵਿੱਚ ਰਹੇ ਆਂ ਸੜਕਾਂ ਤੇ ਅਸੀਂ ਰੁਲਣ ਦੇ ਸਾਨੂੰ ਚਾਹ ਨਹੀਂ ਚੜਿਆ ਸੜਕਾਂ ਤੇ ਰੁਲਣ ਦਾ ਤੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਹੱਕ ਸਾਨੂੰ ਦੇ ਦੇ ਕੋਈ ਇੱਥੇ ਗੁੰਡਾ ਕਰਦੀ ਨਹੀਂ ਕਰਨਿਆ ਅਸੀਂ ਆਪਣੀ ਜਿਹੜੇ ਹੱਕ ਲੈਣ ਆਏ ਆ ਸਾਨੂੰ ਮੋਦੀ ਸਾਹਿਬ ਸਾਨੂੰ ਹੱਕ ਦੇ ਦੇਣ ਤੇ ਅਸੀਂ ਆਪਣੇ ਚਲੋ ਘਰਾਂ ਨੂੰ ਚੱਲ ਜੀਏ ਜੇ ਨਹੀਂ ਦੇਂਦੇ ਤੇ ਤੁਹਾਨੂੰ ਤੇ ਪਤਾ ਹੀ ਅਸੀਂ ਤੇ ਆਪਣੇ ਖਫਣ ਵੀ ਲੈ ਕੇ ਵੀਰ ਜੀ ਆਏ ਆ ਕਿਉਂਕਿ ਹਾਨੂੰ ਕੋਈ ਟੈਨਸ਼ਨ ਨਹੀਂ ਆ ਗਈ ਸਾਡੀ ਮੌਤ ਵੀ ਹੋ ਜੇ ਅਸੀਂ ਮਾਰ ਵੀ ਜਾਈਏ ਤੇ ਕੋਈ ਗੱਲ ਨਹੀਂ ਆ ਕਿਉਂਕਿ ਅਸੀਂ ਆਪਣਾ ਸੰਘਰਸ਼ ਨਹੀਂ ਛੱਡ ਸਕਦੇ ਕਿਲਨ ਕਿਲ ਨੰਗਨੇ ਵੀ ਪਹਿਣਗੇ ਤੇ ਕਿਲ ਵੀ ਨੰਗ ਜਾਗੇ ਅਸੀਂ ਕੋਈ ਨਹੀਂ ਅਸੀਂ ਨਹੀਂ ਖਫਣ ਬੰਦ ਕੇ ਆਏ ਕੋਈ ਡਰ ਨਹੀਂ ਸਾਡੇ ਸਾਡੇ ਫਸਲਾਂ ਦੇ ਭਾਅ ਬਹੁਤ ਸਸਤੇ ਕੀਤੇ ਤੇ ਮਹਗਾਈ ਬਹੁਤ ਕੀਤੀ ਸਾਨੂੰ ਸਾਡੇ ਹੱਕ ਚਾਹੀਦੇ ਆ ਜਿੱਦਣ ਸਾਡੇ ਹੱਕ ਦੇ ਦੂਗਾ ਅਸੀਂ ਉਦੋਂ ਹੀ ਮੋਰਚਾ ਖਤਮ ਕਰ ਦਾਂਗੇ ਉੱਥੇ ਆਸੂ ਵੀ ਅਸੀਂ ਗੋਲੇ